ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਭਾਈ ਬੈਂਤ ਸਿੰਘ ਜਿਹਨੇ ਸ਼ਹੀਦੀ ਸਮਾਗਮ ਵਾਸਤੇ ਇੱਥੇ ਸਾਰੀ ਸੰਗਤ ਇਕੱਠੀ ਹੋਈ ਹੈ ਪਿੰਡ ਅਗਵਾਨਾ ਦੇ ਵਿੱਚ, ਹਰ ਸਾਲ ਉਹਨਾਂ ਦੇ ਸ਼ਹੀਦੀ ਦਿਵਸ ਜਿਹੜਾ ਹੈ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਭਾਈ ਸਤਵੰਤ ਸਿੰਘ ਅਤੇ ਭਾਈ ਬੈਂਤ ਸਿੰਘ ਦੀ ਸ਼ਹੀਦੀ ਜਿਹੜੀ ਹੈ, ਉਹਨਾਂ ਨੇ ਜਦੋਂ ਇੰਦਰਾ ਗਾਂਧੀ ਦੀ ਕਮਾਂਡ ਦੇ ਥੱਲੇ ਉਹਦੇ ਹੁਕਮ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਗੁਰੂ ਦਰਬਾਰ ਸਾਹਿਬ ਦਾ ਅਕਾਲ ਤਖ਼ਤ ਸਾਹਿਬ ਢਾਇਆ ਗਿਆ। ਉਹਦੇ ਰੋਸ ਵੱਲੋਂ ਸਾਡੇ ਸਿੰਘਾਂ ਨੇ ਇਹਨਾਂ ਨੇ ਆ ਕੇ ਜਿਹਨਾਂ ਕੁਰਬਾਨੀਆਂ ਕੀਤੀਆਂ ਅਤੇ ਉਹਨੂੰ ਸੋਧਾ ਲਾਇਆ। ਇਹ ਪਹਿਲੇ ਇਤਿਹਾਸ ਦੀ ਗੱਲ ਆ ਕਿ ਇਹਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਲੜਾਈ ਦੇ ਵਿੱਚ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਮਾਰਿਆ ਗਿਆ ਕਿਉਂਕਿ ਉਹਦੇ ਕੰਮ ਹੀ ਉਹਦੇ ਸਨ। ਅੱਜ ਸਾਡੀ ਕੌਮ ਦੇ ਵਿੱਚ ਜੋ 1984 ਤੋਂ ਪਹਿਲਾਂ ਹੋ ਰਿਹਾ ਸੀ ਉਹ ਸੰਕਟ ਫਿਰ ਕੌਮ ਦੇ ਉੱਤੇ ਪੰਜਾਬ ਨੂੰ ਛਾ ਰਿਹਾ। ਬਾਕੀ ਥਾਂ ਥਾਂ ਦੇ ਉੱਤੇ ਸਾਡੇ ਗੁਰਦੁਆਰੇ ਜਿਹੜੇ ਆ ਉਹਨਾਂ ਨੂੰ ਢਾਇਆ ਜਾ ਰਿਹਾ, ਮਹਾਰਾਸ਼ਟਰ ਦੇ ਵਿੱਚ ਸਿੱਖਾਂ ਦਾ ਉਜਾੜਾ ਕੀਤਾ ਜਾ ਰਿਹਾ। ਇਹ ਸਾਰਾ ਕੰਮ ਜਿਹੜਾ ਜਿੰਨਾ ਹੈਗਾ ਅਸੀਂ ਬਾਹਰ ਦੇ ਮੁਸਲਮਾਨਾਂ ਨੂੰ ਅਸੀਂ ਕਹਿੰਦੇ ਹਾਂ ਸਾਡੇ ਲੋਕਾਂ ਦੇ ਉੱਤੇ ਅੱਤਿਆਚਾਰ ਕਰਦੇ ਆ, ਉਹਨਾਂ ਉੱਤੇ ਅਸੀਂ ਨਿੰਦ ਸਕਦੇ ਹਾਂ, ਪਰ ਆਪਣੇ ਜਿਹੜੇ ਆਪਣੇ 'ਤੇ ਕਰ ਰਹੇ ਆ ਉਹਨੂੰ ਅਸੀਂ ਉਹਦਾ ਜ਼ਿੰਮੇਵਾਰ ਕੌਣ ਆ। ਸੋ ਇਸ ਅਸੀਂ ਸਾਰੀ ਸਮੂਹ ਕੌਮ ਨੂੰ ਇਹ ਬੇਨਤੀ ਕਰਦੇ ਹਾਂ ਵੱਖ ਵੱਖ ਧੜਿਆਂ ਤੋਂ ਉੱਪਰ ਉੱਠ ਕੇ ਆਪਣੀ ਸਿੱਖੀ ਸਿਧਾਂਤਾਂ ਦੇ ਉੱਤੇ ਚੱਲੋ ਤਾਂ ਕਿ ਜਿਹੜੀ ਸਿੱਖੀ ਦਾ ਪਹਿਰਾ ਦੇ ਸਕੀਏ। ਆਪਣੀ ਕੌਮ ਦੇ ਨਾਂ ਦੇ ਉੱਤੇ ਜਾ ਕੇ ਆਪਣੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਪਾੜ ਕੇ ਜਿਹੜਾ ਇਹ ਬੂਟਾ ਲਾਇਆ ਉਹ ਤਾਂ ਪਾ ਸਕਦਾ ਜੇ ਅਸੀਂ ਸਾਰੇ ਤਗੜੇ ਹੋ ਕੇ ਆਪਣੇ ਸਿਧਾਂਤਾਂ 'ਤੇ ਚੱਲੀਏ। ਆਪਣੀ ਕਿਸੇ ਵੀ ਸਰਕਾਰ ਦੇ ਜੋ ਵੀ ਹੋਵੇ ਉਹ 'ਤੇ ਆਸਰਾ ਰੱਖੋ, ਸਿੱਖ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਕੇ ਆਪਣੇ ਗੁਰੂ ਧਾਮ 'ਤੇ ਆਪਣੀ ਸਿੱਖੀ ਨੂੰ ਬਚਾਓ। ਇਹੋ ਅਸੀਂ ਤੁਹਾਨੂੰ ਵਾਰ ਵਾਰ ਬੇਨਤੀ ਕਰਦੇ ਹਾਂ। ਅੱਜ ਸੁਨੇਹਾ ਜਿਹੜਾ ਸਾਡਾ ਸ਼ਹੀਦਾਂ ਨੂੰ ਜਾਂਦਾ ਉਹ ਇਹ ਹੈ ਵੀ ਸਿੱਖ ਕੌਮ ਇੱਕ ਪਲੇਟਫਾਰਮ 'ਤੇ ਇਕੱਠੀ ਹੋ ਕੇ ਅਤੇ ਆਪਣੀ ਧਰਮ ਦੀ ਰਾਖੀ ਕਰੇ, ਆਪਣੀ ਸਿਹਤ ਜਿਹੜੀ ਆ ਪ੍ਰਸੰਨਤਾ ਮੁਤਾਬਕ ਚੱਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।